็นแล้วก็เลยจะทำนี่นี่เป็นสมองਅੰਟੀ ਜੀ ਅਸੀਂ ਨਿੰਦਰ ਕੇ ਜਾਣਾ ਜੀ ਕਿਹੜੇ ਨਿੰਦਰ ਕੇ ਨਿੰਦਰ ਜੀ ਉਹਨਾਂ ਦਾ ਖੀਵੇ ਵਾਲਾ ਨਹੀਂ ਗਈ ਮੈਂ ਤਾਂ ਪੁੱਤ ਜਾਣ ਹਾਏ ਮੂੰਹ ਵਾਲ ਹਾਏ ਹਲਦੀ ਫਿਰਦੀ ਹੈ ਕਿਤੇ ਉਰੇ ਵੀ ਨਾ ਜੇ ਅੰਦਰ ਵੜ ਕੇ ਬਹਿ ਜਾਣਾ ਕੋਠੇ 'ਚ ਆਹ ਜੱਦਾ ਲੱਗਿਆ ਪਿਆ ਚਾਬੀ ਪਤਾ ਨਹੀਂ ਕਿੱਥੇ ਦਰ ਅੱਗੇ ਗਈ ਲੈ ਲਿਆ ਡੀ ਐਸ ਪੀ ਦੀ ਮਾਂ ਦੀ ਚੈਨੀ ਹੈ ਹੁਣ ਤਾਂ ਡੀ ਐਸ ਪੀ ਛੱਡਦਾ ਪੁਲਿਸ ਦਾ ਭਾਲਦੀ ਫਿਰਦੀ ਹੋਣੀ ਹਾਏ ਭੱਜਿਆ ਵੀ ਨਹੀਂ ਜਾਂਦਾ ਇੱਕਾ ਸੱਟ ਵੱਜੀ ਪ੍ਰਦੀਪ ਪਤਾ ਨਹੀਂ ਕਿੱਥੇ ਹੋਣਾ ਪ੍ਰਦੀਪ ਨੂੰ ਫੋਨ ਲਾਉਂਦੇ ਹਾਂ ਚੱਕ ਲੈ ਫੋਨ ਪਤੰਦਰਾ ਇਹ ਨਹੀਂ ਚੱਕਦਾ ਦੁਬਾਰੇ ਫਿਰ ਦੇਖਦੇ ਹਾਂ ਲੈ ਇਹਦਾ ਫੋਨ ਹੀ ਨਹੀਂ ਚੱਕਦਾ ਫੋਨ ਹੀ ਬੰਦ ਕਰੀ ਬੈਠਾ ਚੱਕੂਗਾ ਕੀ ਬੜਾ ਪੱਗਾ ਛਿੜਿਆ ਲੈ ਚੱਲ ਉਹਨੂੰ ਫੋਨ ਲਾਉਂਦੇ ਹਾਂ ਜਿਹਨੂੰ ਚੈਨੀ ਵੇਚ ਕੇ ਚੱਟਾ ਲਿਆਂਦਾ ਲੈ ਪਤੰਦਰੇ ਵੀ ਨਹੀਂ ਫੋਨ ਚੱਕਦਾ ਚੱਲ ਇਹਨੂੰ ਵਟਸਐਪ ਮੈਸੇਜ ਕਰਦੇ ਹਾਂ ਹੈਲੋ ਇੱਕ ਗੱਲ ਹੈ ਬਾਈ ਆ ਚੈਨੀ ਗਾਹਾਂ ਨਾ ਵੇਚੀ ਜਿਹੜੀ ਇਹ ਚੈਨੀ ਹੈ ਨਾ ਤੈਨੂੰ ਦੇ ਗਿਆ ਮੈਂ ਇਹ ਤਾਂ ਡੀ ਐਸ ਪੀ ਦੀ ਮਾਂ ਦੀ ਚੈਨੀ ਹੈ ਜੇ ਤੂੰ ਗਾਹਾਂ ਵੇਚਤੀ ਨਾ ਚੈਨੀ ਜੇ ਪਤਾ ਲੱਗ ਗਿਆ ਸਾਰਿਆਂ ਨੂੰ ਚੱਕੇ ਜਾਵਾਂਗੇ ਆਪਾਂ ਗਾਹਾਂ ਨਾ ਚੈਨੀ ਵੇਚੀ ਹਾਂ ਹੁਣ ਨਾ ਵੇਚੀ ਚੈਨੀ ਗਾਹਾਂ ਜੇ ਕੇਰਾਂ 'ਤੇ ਚੈਨੀ ਵੇਚਤੀ ਪਰ ਐਂ ਸਮਝ ਲੈ ਵੀ ਆਪਾਂ ਸਾਰੇ ਚੱਕੇ ਜਾਵਾਂਗੇ ਲੈ ਪ੍ਰਦੀਪ ਨੇ ਵੀ ਨਹੀਂ ਫੋਨ ਚੱਕਿਆ ਚੱਲ ਇਹਨੂੰ ਮੈਸੇਜ ਛੱਡਤਾ ਕਦੇ ਤਾਂ ਦੇਖੂਗਾ ਲੈ ਹੱਡ ਪੈਰ ਵੀ ਟੁੱਟੇ ਜਾਂਦੇ ਨੇ ਸੋਰੇ ਵੀ ਆ ਗਈ ਹੁਣ ਕੀ ਕਰੂੰ ਦੇਖਦਾ ਭਲਾ ਮਾਂ ਤੂੰ ਬੇ ਪੁੱਤ ਮੇਰੀ ਗੱਲ ਸੁਣ ਬੈਠ ਉਰੇ ਨਾ ਆ ਲੁੱਕ ਕੇ ਕਿਤੇ ਪੈਂਡਾ ਸੁੱਟ ਜੂਗਾ ਤੇਰਾ ਕਿਉਂ ਆਪਦੇ ਨਸਿਆਂ ਨਾਲ ਜ਼ਿੰਦਗੀ ਖਰਾਬ ਕਰਨ ਲੱਗ ਰਹੇਗਾ ਪੁੱਤ ਜਵਾਨੀ ਨਾ ਰੋਲ ਆਪਦੀ ਨਾਲੇ ਮੇਰੀ ਗੱਲ ਸੁਣ ਪੁੱਤ ਮੈਨੂੰ ਕਿਸੇ ਤੋਂ ਪਤਾ ਲੱਗਿਆ ਤੁਸੀਂ ਨੇ ਡੀ ਐਸ ਪੀ ਦੀ ਮਾਂ ਦੀ ਚੈਨੀ ਲੁੱਟੀ ਆ ਨਾ ਨਾਲੇ ਥਾਂ ਥਾਂ 'ਤੇ ਤਾਂ ਕੈਮਰੇ ਲੱਗ ਰਹੇ ਨੇ ਪੁੱਤ ਕੈਮਰਿਆਂ 'ਚ ਆ ਰਹੇ ਹੋਗੇ ਤੁਸੀਂ ਪੁਲਿਸ ਭਾਲਦੀ ਫਿਰਦੀ ਹੈਗੀ ਪ੍ਰਦੀਪ ਨੂੰ ਤਾਂ ਪੁਲਿਸ ਲੈ ਗਈ ਚੱਕ ਕੇ ਹੁਣ ਪਹਿਲਾਂ ਤੂੰ ਲੁੱਕਦਾ ਫਿਰਦਾਗਾ ਐਂ ਪੈਂਡਾ ਸੁੱਟ ਜੂਗਾ ਪੁੱਤ ਡੀ ਐਸ ਪੀ ਦੀ ਮਾਂ ਤੀ ਉਹ ਹਾਂ ਮਾਂ ਮੈਨੂੰ ਪਤਾ ਲੱਗ ਗਿਆ ਡੀ ਐਸ ਪੀ ਦੀ ਮਾਂ ਦੀ ਐਨੀ ਉਹ ਫਿਰ ਪੁੱਤ ਲੁੱਕ ਕੇ ਨਹੀਂ ਪੈਂਡਾ ਸੁੱਟਦਾ ਤੇਰਾ ਬੇ ਪੁੱਤ ਕਿਉਂ ਆਪਦੀ ਮਾਂ ਨੂੰ ਤੜਫਾਉਣਾਗਾ ਤੂੰ ਮਾਂ ਇੱਕ ਦੀ ਪੈਂਡਾ ਛਡਾ ਦੂ ਮੇਰਾ ਪੁੱਤ ਆਪਣੇ ਨਾਲ ਤਾਂ ਕੋਈ ਗੁਆਂਢੀ ਵੀ ਨਹੀਂ ਤੁਰਦਾ ਹੈਗਾ ਤੇਰਾ ਤਾਂ ਰੋਜ਼ ਦਾ ਕੰਮ ਹੋ ਗਿਆ ਕਿਹਨੂੰ ਲੈ ਕੇ ਜਾਵਾਂ ਨਾਲ ਦੱਸ ਕਈ ਵਾਰੀ ਥਾਣੇ 'ਚ ਛੁਡਾ ਕੇ ਲਏ ਨੇ ਤੈਨੂੰ ਤੇਰੇ ਚਾਚੇ ਤਾਏ ਉਹ ਵੀ ਪਰਾਂ ਮੂੰਹ ਕਰਕੇ ਲੰਘਣ ਲੱਗ ਗਏ ਹੁਣ ਤਾਂ ਨਹੀਂ ਛੱਡਦਾ ਡਿਊਟੀ
ਹੁਣ ਤਾਂ ਕਿਉਂ ਛੱਡੂਗਾ ਲੈ ਪੁੱਤ ਐਂ ਕਰ ਹੁਰੇ ਬੈਠੇ ਤਾਂ ਕੁਛ ਨਹੀਂ ਬਣਦਾ ਚੱਲ ਪੁੱਤ ਮੈਂ ਵੀ ਤੜਫਦੀ ਫਿਰਦਿਆਂ ਕਾਦੀ ਬਾਹਦੀ ਚੱਲ ਘਰੇ ਆ ਜਾ ਮਾਂ ਜੇ ਮੈਂ ਘਰੇ ਵਗ ਗਿਆ ਪੁਲਸੋਂ ਦੀ ਲੈ ਜੂ ਚੱਕ ਕੇ ਐਂ ਕਰ ਤੂੰ ਵਗ ਜਾ ਮੈਂ ਨਹੀਂ ਜਾਂਦਾ ਨਾ ਪੁੱਤ ਫਿਰ ਕੀ ਐਂ ਪੈਂਡਾ ਸੁੱਟ ਜੂਗਾ ਤੇਰਾ ਕੁਛ ਨਹੀਂ ਹੁੰਦਾ ਮਾਂ ਤੂੰ ਘਰੇ ਵਗ ਜਾ ਐਨੇ ਕੋਈ ਹੱਲ ਹੋ ਜੂਗਾ ਵੇ ਪੁੱਤ ਮੰਨ ਲੈ ਵੇ ਵਗ ਚੱਲ ਨਾ ਮਾਂ ਤੂੰ ਵਗ ਜਾ ਕਿਉਂ ਜਾਂਟੀ ਕਿਉਂ ਮੈਂ ਤੜਫਦੀ ਫਿਰਦੀ ਆ ਸਾਰਾ ਦਿਨ ਤੂੰ ਮੇਰੇ ਗਣੀਏ ਸੋਚ ਲਾ ਘੱਟੋ ਘੱਟ ਮਾਂ ਤੂੰ ਵਗ ਜਾ ਕੋਈ ਨਾ ਵੇ ਪੁੱਤ ਕਿਵੇਂ ਵਗ ਜਾ ਇਹ ਮਾਂ ਦਾ ਅੰਦਰ ਹੈਗਾ ਸਾਰਾ ਦਿਨ ਤੜਫੀ ਰਹਿੰਦੀ ਆ ਮੈਂ ਮਾਂ ਤੂੰ ਜਾ ਦੱਸੀ ਨਾ ਕਿਸੇ ਨੂੰ ਵੀ ਮੈਂ ਖੇਤਾ ਠੀਕ ਹੈ ਵੇ ਬੋਲੇ ਪੁੱਤ ਭਲਾ ਮਾਂ ਦੱਸੂਗੀ ਕਿਸੇ ਨੂੰ ਵੀ ਮੇਰਾ ਪੁੱਤ ਉੱਤੇ ਬੈਠਾ ਹੈਗਾ ਵੇ ਪੁੱਤ ਨਾ ਰੋਟੀ ਖਾਂਦਾ ਤੂੰ ਟਾਈਮ ਨਾਲ ਦੇਖੀ ਕਿਵੇਂ ਹੋਇਆ ਫਿਰਦਾ ਗਾ ਦੇਖੀ ਲੈ ਲੈ ਹੱਥ ਦੇ ਲੈ ਤੇਰੇ ਕਿਵੇਂ ਕੰਮਦੇ ਨੇ ਹਾਜ ਪੁੱਤ ਘਰੇ ਆ ਜਾ ਨਾ ਮਾਂ ਤੂੰ ਜਾ ਜਾ ਭਗ ਜਾ ਪਰ ਦੱਸੀ ਨਾ ਕਿਸੇ ਨੂੰ ਵੇ ਪੁੱਤ ਮੈਂ ਕਹਾਂ ਦੱਸ ਚੱਲ ਪੁੱਤ ਹੋਰ ਨਾ ਕਿਤੇ ਜਾਈ ਚੰਗਾ ਚੰਗਾ ਮਾਂ ਮੈਂ ਉਰੀ ਆ ਰੋਟੀ ਪਚਾ ਦੇ ਹਾਂ ਕਰੀ ਆ ਜੀ ਪੁੱਤ ਤੂੰ ਚੰਗਾ ਇੰਨੇ ਪੁਲਿਸ ਵਾਲੇ ਟੱਜ ਜਾਣਗੇ ਪੁੱਤ ਆ ਜੀ ਕਰੇ ਠੀਕ ਹੈ ਮਾਂ ਜਾ ਤੂੰ ਆ ਜੀ ਧਿਆਨ ਰੱਖੀ ਪੁੱਤ ਆਪਦਾ ਕੋਈ ਨਾ ਮਾਂ ਮਾਂ ਕਿੱਧਰ ਭੱਜ ਗਈ ਤੂੰ ਕਿਹੜੇ ਵੇਲੇ ਹੋ ਗਏ ਤੈਨੂੰ ਵੇ ਪੁੱਤ ਉਹਨੂੰ ਲੈਣ ਗਈ ਸੀ ਵੇ ਲੈ ਕੇ ਇਹਨੂੰ ਕੀ ਕਰਾਂ ਮਾਂ ਜਦੋਂ ਤਾਂ ਉਹਨੂੰ ਸੁਧਰਨ ਦਾ ਟਾਈਮ ਸੀ ਆ ਉਤਾਂ ਦੇ ਸੁਧਾਰਿਆ ਨਹੀਂ ਹੈਗਾ ਹੁਣ ਲੈਣ ਬਾਗੀ ਦੀ ਤੂੰ ਵੇ ਪੁੱਤ ਕੋਈ ਨਾ ਕਰਮ ਮਾੜੇ ਨੇ ਉਹਦੇ ਵਿਚਾਰੇ ਦੇ ਕਿਸਮਤ ਮਾੜੀ ਹੈਗੀ ਉਹਦੀ ਕੀ ਮਾੜੀ ਆ ਤੈ ਚਮੜਾ ਆ ਉਹ ਐ ਨਹੀਂ ਮਾੜੀ ਦੀ ਉਹਦੀ ਕਿਸਮਤ ਆ ਮੈਂ ਕਿਹੜਾ ਪੁੱਤ ਨੂੰ ਐ ਕਿਹਾ ਤੇ ਵੀ ਤੂੰ ਨਸੇ ਖਾ ਲਿਆ ਕਰ ਮੈਂ ਲੈ ਆਇਆਗਾ ਨਸੇ ਖਾਣ ਆ ਦੇਖ ਲੈ ਪਹਿਲਾਂ ਛੋਟੇ ਛੋਟੇ ਚੋਰੀਆਂ ਕਰਿਆ ਕਰਦਾ ਹੁਣ ਦੇਖ ਲਾਂ ਆ ਦੇਖ ਲੈ ਮਾਂ ਆ ਤੇਰੇ ਪੁੱਤ ਨੇ ਡੀਐਸਪੀ ਦੀ ਮਾਂ ਦੀ ਚੈਨੀ ਤੋੜ ਲਈ ਦੇਖ ਲੈ ਕਿੱਡਾ ਵਧੀਆ ਕੰਮ ਕਰਿਆ ਵੇ ਪੁੱਤ ਪਤਾ ਮੈਨੂੰ ਮੈਂ ਗਈ ਤੇ ਉਹਦੇ ਲਵੇ ਉਹ ਬੈਠਿਆ ਭੁੱਖਾ ਤੇ ਹਾਇਆ ਖੇਤਾਂ ਚ ਫਿਰ ਬੈਠਿਆ ਰਹਿਣ ਦੇ ਨਾ ਪੁੱਤ ਜਿਹੀ ਆ ਕਰੀਆਂ ਨੇ ਉਹੀ ਆ ਭਰੂਗਾ ਨਾ ਪੁੱਤ ਕੋਈ ਨਾ ਗਲਤੀ ਉਹਦੀ ਕੋਈ ਗੱਲ ਨਹੀਂ ਆਪਾਂ ਮੰਨਦੇ ਆ ਤੂੰ ਐਂ ਕਰ ਪੁੱਤ ਤੇਰਾ ਭਾਈ ਹੈ ਜਾਂ ਲੈ ਆ ਉਹਨੂੰ ਮਾਂ ਮੈਥੋਂ ਨਹੀਂ ਆਉਂਦਾ ਹੈਗਾ ਬਹੁਤ ਬਦਨਾਮੀ ਹੋ ਰਹੀ ਆ ਪਿੰਡ ਦਾ ਕਿਹੜੇ ਮੂੰਹ ਨਾਲ ਜਾਵਾਂ ਮੈਂ ਪਿੰਡ ਵਿੱਚ ਦੀ ਵੇ ਕੋਈ ਨਾ ਪੁੱਤ ਤੂੰ ਵਗ ਜਾ ਕੋਈ ਨਾ ਐਂ ਕਿਹੜਾ ਪੁਲਿਸ ਵਾਲੇ ਮੂੰਹ 'ਚ ਪਾਉਣਗੇ ਆਪਾਂ ਲੈ ਚੱਲਾਂਗੇ ਆਪਾਂ ਉੱਥੇ ਲੈ ਚੱਲਾਂਗੇ ਪੁੱਤ ਮੈਂ ਤੈਨੂੰ ਉਦੋਂ ਬਹੁਤ ਰੋਕਦਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਹੁੰਦਾ ਵੀ ਇਹਨੂੰ 10 ਰੁਪਈਆਂ ਦੀ ਲੋੜ ਆ 10 ਦੇ ਤੂੰ ਚੱਕ ਕੇ 100 ਦਾ ਮਾਰ ਦੀਦੀ ਵੇ ਪੁੱਤ ਮਾਂ ਮੈਂ ਉਹਦੀ ਮੈਂ ਦੱਸ ਕੀ ਕਰਾਂ ਜਦੋਂ ਤੂੰ ਪੈਸੇ ਮੰਗਦਾ ਤੇ ਉਹਨੂੰ ਨਹੀਂ ਦਿੰਦੀ ਪੈਸੇ ਫਿਰ ਮਾਂ ਤੈਨੂੰ ਮੇਰੇ ਬਾਰੇ ਦਾ ਪਤਾ ਦੀ ਆ ਵੀ ਕਿਵੇਂ ਦਾ ਵੇ ਪੁੱਤ ਤੈਨੂੰ ਕਹੀ ਤਾਂ ਜਾਂਦੀ ਆ ਵੀ ਮਾੜੇ ਕਰਮ ਨੇ ਉਹਦੇ ਉਹਦੀ ਕਿਸਮਤ ਮਾੜੀ ਆ ਕੋਈ ਨਾ ਪੁੱਤ ਤੂੰ ਉਹਦਾ ਭਾਈ ਆ ਜਾਂ ਮੇਰਾ ਪੁੱਤ ਬਣ ਕੇ ਕੁਛ ਨਹੀਂ ਹੁੰਦਾ ਲੈ ਆ ਉਹਨੂੰ ਵਗ ਜਾ ਚੱਲ ਤੇਰੀ ਅੱਖੀ ਤੋਂ ਵਗ ਜਾਂਦਾ ਮੈਂ ਵਗ ਜਾ ਪੁੱਤ ਲੈ ਆਈ ਨਾਲ ਚੰਗਾ ਚੰਗਾ ਹੋਰ ਹਾੜੇ ਵੇ ਰੱਬਾ ਵੇ ਕਿਸੇ ਦੇ ਧੀ ਪੁੱਤ ਨੂੰ ਨਸੇ ਤੇ ਨਾ ਲਾਈ ਦੱਸ ਮੇਰੇ ਪੁੱਤ ਦੀ ਕੀ ਹਾਲਤ ਹੋ ਰਹੀ ਆ ਮਾੜੀ ਮੈਨੂੰ ਤਾਂ ਦੇਖਿਆ ਵੀ ਨਹੀਂ ਜਾਂਦਾ ਮੈਂ ਦੱਸ ਕੀ ਖਾ ਕੇ ਮਰ ਜਾ ਚੱਲ ਗਿਆ ਗੱਲ ਲੈਣ ਲਿਆਊਗਾ ਇੰਨੇ ਉਹਨੂੰ ਲੈ ਚੌਧਰੀ ਕਹਿੰਦਾ ਮੈਂ ਤਾਂ ਖੇਤੇ ਰਿਹਾ ਕਰੂੰਗਾ ਖੇਤ ਰਹਿਣ ਨੂੰ ਜਣੋ ਦੀ ਉਰੇ ਮੂੰਗੀ ਗੱਡੂਗਾ ਵੀ ਤੂੰ ਘਰੇ ਵਗ ਚੱਲ ਜਾ ਕੇ ਰੋਟੀ ਟੁੱਕ ਖਾ ਉਰੇ ਤੈਨੂੰ ਕੌਣ ਫੁਲਕੇ ਲਿਆ ਕੇ ਦਊਗਾ ਨਾਲੇ ਬਹਿ ਗਿਆ ਖੇਤ ਚੌੜਾ ਹੋ ਕੇ ਮਾਂ ਤਾਂ ਕਹਿੰਦੀ ਉਹ ਖੇਤ ਬੈਠਿਆ ਕੋਠੇ 'ਚ ਇਹਦਾ ਜਿੰਦਾ ਲੱਗਿਆ ਪਿਆ ਗਿਆ ਕਿੱਧਰ ਉਹ ਮੇਰਾ ਸਾਲਾ ਨਸ਼ੇੜੀ ਆ ਕੀ ਪਤਾ ਕਿੱਧਰ ਟੱਪਿਆ ਹੋਣਾ ਚੱਲ ਹੋਰ ਦੇਖਦਾ ਜਾ ਕੇ ਕਿਤੇ ਇਹਦਾ ਕਿਹੜਾ ਕੋਈ ਥੌਂ ਟਿਕਾਣਾ ਤਾਂ ਫਿਰ ਹੀ ਚੱਲੋ ਹੁਣ ਇਹਦੇ ਮਗਰ ਟੋਲਦੇ ਨੂੰ ਇੱਧਰ ਦੇਖਦਾ ਆ ਨਸ਼ੇੜੀਆਂ ਦੇ ਕਿਹੜਾ ਨਾਲੇ ਕੋਈ ਥੌਂ ਟਿਕਾਣੇ ਹੁੰਦੇ ਨੇ ਕੀ ਪਤਾ ਕਿੱਥੇ ਵੜ ਕੇ ਬਹਿ ਜਾਣਾ ਇਹ ਨਹੀਂ ਦੇਖਦੇ ਵੀ ਉਰੇ ਵੜਨਾ ਜਾਂ ਨਾ ਵੜਨਾ ਕਿਤੇ ਮਾਂ ਨੂੰ ਬਥੇਰਾ ਕਿਹਾ ਜੀ ਵੀ ਉਹਨੂੰ ਕੋਈ ਕੰਮ ਲਾ ਲਾ ਕਹਿੰਦੀ ਕੋਈ ਨਾ ਪੁੱਤ ਲੱਗ ਜੂਗਾ ਕੰਮ ਤਾਂ ਉਹ ਆਹ ਦੇਖ ਲੈ ਚੰਗੇ ਕੰਮ ਲੱਗਿਆ ਫਿਰ ਹੀ ਚੱਲੋ ਉਹਦੇ ਚੌਧਰੀ ਨੇ ਮਗਰ ਹੁਣ ਉਹਨੂੰ ਟੋਲ ਦੇ ਉਹ ਬਾਈ ਓਏ ਉਹ ਬਾਈ ਉਹ ਬਾਈ ਉਹ ਬਾਈ ਉਹ ਤੈਨੂੰ ਕੀ ਹੋ ਗਿਆ ਬਾਈ ਓਏ ਉਹ ਬਾਈ ਉਹ ਬਾਈ ਉੱਠ ਜਾ ਓਏ
तेन कह दी ना नशे करे कर उठ जा भाई वे बेजंती खड़ा हो जा भाई वे वे पुत वे मैं तो तेन देख देखी थी तेन बथेरा जोर लाया थी भी बाई नू ना इन्हे पैसे दे पुत बैठा हो जावे चिट्टा बेचना थोड़ा कख ना रहे बे बे तुसी टुट जो जान ना बे तेनू कहो छड़ के बागिया खड़ा हो ला भाई असि की करांगे ओए आंटी का फोन खोल के देखण दे भी की गल हुई आ व्हाट्सएप ते रिकॉर्डिंग आ हेलो एक गल है भाई अज इन्नी गाह ना बेची जिहड़ी ये चैनी है ना तेनू दे गया मैं ये तो डीएसपी की मां की चैनी है जे तू गाह बेचती ना चैनी जे पता लग गया सारा मैं चुके जावांगे आपां गाह ना चैनी बेची उपर तक हथ ने तेरे यार दे ना डर तू डीएसपी आप एक घंटे च बदली करवा दांगे बेफिक्र रह तू अच्छा अच्छा आ गल दी फिर थाने रप्ट लिखा क्या ना सबूत दा हुण मिलिया देख ले शमशेर सिंह अपना साहब किन्ना वधिया बंदा थी हांजी हांजी किन्ने वधिया काम करता थी और जी नशा ता जमा खत्म करन वाला करता थी जमी करता नशा जी पर आ देख ले जेडे नशे दे सदाकर ने कना उनों तो जरिया नहीं गया हां जी हां ले रहने दित्ता उनों ने अपने साहब दी बदली करा दी हांजी फिर आपा ते की आ ना मुरे अज कल ना अज कल जे जेड़ा कुछ हो रहा है ये सारा लीडर करा रहे ने हां हां तो है जी एक पासे तो नशा रोकण दे लान करदे फिरदे ने हां जी दूजे पासे उहनां दी सपोर्ट करदे ने और जी होर हले कहिंदे देश चो नशा खत्म हो जूगा इस हिसाब नाल तां नहीं नशा खत्म हुंदा ना जी जे कोई अफसर वधिया कम करदा है तां उहनूं दे फोन इधरों फोन आ गया इधरों फोन आ गया उहनूं कम नहीं कर दिंदे सही तरीके नाल जी हां जी फिर लोकां दीआं नज़रां च अफसर माड़े बण जांदे ने हां जी बिगे दी सुणदे नहीं सही गल्ल है जी तुहाडी हुण आपां तां उह कम हो गया विच विचाले फस गए और जी ਜਿਹੜਾ ਜਸਵਿੰਦਰ ਵਾਲਾ ਕੇਸ ਹੈ ਨਾ ਇਹਨੂੰ ਵਧੀਆ ਤਰੀਕੇ ਨਾਲ ਹੈਂਡਲ ਕਰ ਇਹ ਤੇ ਇੰਨੇ ਜੇ ਧਾਰਾ ਲਾ ਸਾਰੀ ਉਮਰ ਜੇਲ੍ਹ 'ਚ ਸੜੇ ਕੱਲ ਨੂੰ ਬਾਹਰ ਨਿਕਲ ਕੇ ਫਿਰ ਕਿਸੇ ਜਵਾਕ ਨੂੰ ਚਿੱਟੇ ਤੇ ਸਮੈਕ ਤੇ ਹੋਰ ਨਸ਼ਾ ਤੇ ਲਾਊਗਾ ਇਹਦੇ ਸਾਰੀ ਧਾਰਾ ਲਾ ਦਿਆਂ ਜੀ ਸਾਰੀ ਉਮਰ ਬਾਹਰ ਨਹੀਂ ਆਊਗਾ ਆਪਣੇ ਸਾਹਿਬ ਦੀ ਤਾਂ ਬਦਲੀ ਹੋਣ ਵਾਲੀ ਹੋਊਗੀ ਇਹ ਕੇਸ ਆਪਣੇ ਲਵੇ ਆ ਗਿਆ ਇਹਨੂੰ ਇਹੋ ਜਿਹੇ ਤਰੀਕੇ ਨਾਲ ਬੰਨ ਕੱਲ ਨੂੰ ਨਾ ਆਪਾਂ ਨੂੰ ਨਾ ਆਪਣੇ ਸਾਹਿਬ ਨੂੰ ਕੋਈ ਮਾੜਾ ਨਾ ਕਹਿ ਸਕੇ ਹਾਂਜੀ ਸਾਹਿਬ ਜੀ ਕੇਸ ਇਸ ਤਰ੍ਹਾਂ ਬਣਦਾ ਕੱਲ ਨੂੰ ਆਪਾਂ ਕੋਈ ਮਾੜਾ ਨਹੀਂ ਕਹੂਗਾ ਤੇ ਨਾਲੇ ਇੱਕ ਗੱਲ ਹੋਰ ਹੈ ਹਾਂਜੀ ਜੇ ਕਿਸੇ ਦਾ ਵੀ ਫੋਨ ਆਵੇ ਹਾਂਜੀ ਗੱਲ ਨਹੀਂ ਕਰਨੀ ਨਾ ਜੀ ਨਾ ਹਾਂ ਵਾਧੂ ਐਵੇਂ ਫਿਰ ਬਾਅਦ 'ਚ ਪ੍ਰੈਸ਼ਰ ਪਈ ਜਾਂਦਾ ਹੈ ਨਾ ਜੀ ਨਾ ਕਿਸੇ ਦੇ ਪ੍ਰੈਸ਼ਰ 'ਚ ਰਹਿ ਕੇ ਕੰਮ ਨਹੀਂ ਕਰਨਾ ਨਾ ਜੀ ਨਾ ਕਿਸੇ ਤਰੀਕੇ ਨਾਲ ਬੰਨ ਦੇ ਜ਼ਿੰਦਗੀ ਭਰ ਜੇਲ੍ਹ 'ਚ ਸੜੇ ਠੀਕ ਹੈ ਜੀ ਮੈਂ ਇਹਨੂੰ ਕਰਤਾ ਆਪਣੀ ਕੌਣ ਸੁਣੂਗਾ ਆਪਣੀ ਤਾਂ ਕੁਛ ਵੀ ਭੁਗਤ ਨਹੀਂ ਹੈਗੀ ਯਾਰ ਹਾਂ ਜਦੋਂ ਸਾਹਿਬ ਦੀ ਬਦਲੀ ਕਰਾ ਸਕਦੇ ਨੇ ਚੱਲ ਮਨਾ
ਬੇ ਪੁੱਤ ਕਿੱਥੇ ਜਾ ਰਿਹਾ ਤੀਗਾ ਤੂੰ ਕਦ ਆ ਗਿਆ ਵਾ ਮਾਂ ਮੈਂ ਤਾਂ ਉਰੀ ਗਿਆ ਜੀ ਥਾਣੇ 'ਚ ਰੱਟ ਲਿਖਾਣ ਗਿਆ ਤੀ ਹਾਂ ਉਹ ਜਾਂਟੀ ਬਾਈ ਦੇ ਫੋਨ 'ਚੋਂ ਮੈਨੂੰ ਕੁਛ ਸਬੂਤ ਮਿਲੇ ਤੀਗੇ ਫਿਰ ਪੁੱਤ ਫਿਰ ਮੈਂ ਆਖਿਆ ਮਾਂ ਚੱਲ ਰੱਟ ਲਿਖਾਇਆ ਵਾਂ ਜਦੋਂ ਮਾਂ ਮੈਂ ਉੱਥੇ ਜਾ ਕੇ ਦੇਖਿਆ ਪੁਲਿਸ ਵਾਲੇ ਆਪ 'ਚ ਗੱਲਾਂ ਲੱਗ ਰਹੇ ਤੇ ਕਰਨ ਕਹਿੰਦੇ ਐਂ ਕਰਕੇ ਆਪਣਾ ਸਾਹਿਬ ਬਹੁਤ ਵਧੀਆ ਦੀ ਆ ਵੀ ਮਾਲਾ ਨਸ਼ੇ ਵਾਲਿਆਂ ਦੇ ਖਿਲਾਫ਼ ਬਹੁਤ ਚੱਲਦਾ ਦੀ ਆ ਕਿਸੇ ਨਸ਼ੇ ਦੇ ਵਪਾਰੀ ਨੇ ਸੁਦਾਗਰ ਨੇ ਉਸ ਦੀ ਬਦਲੀ ਕਰਾਤੀ ਹੁਣ ਮਾਂ ਫਿਰ ਆਪਣੀ ਕਿੱਥੇ ਚੱਲਦੀ ਆ ਉੱਥੇ ਜਦੋਂ ਉਹਦੀ ਓ ਬਦਲੀ ਹੋ ਗਈ ਮਾੜੀ ਹੋਇਆ ਪੁੱਤ ਪੁੱਤ ਮੇਰੀ ਗੱਲ ਸੁਣ ਆਪਣੇ ਨਾਲ ਤਾਂ ਜਿਹੜੀ ਹੋਣੀ ਦੀ ਹੋ ਗਈ ਹੁਣ ਤੂੰ ਨਾ ਪੁੱਤ ਇਹ ਚੱਕਰਾਂ 'ਚ ਪਏ ਨਾਲੇ ਤੂੰ ਮੇਰਾ ਇਕੱਲਾ ਇਕੱਲਾ ਪੁੱਤ ਰਹਿ ਗਿਆ ਸੋਚ ਰਹਿੰਦੇ ਪੁੱਤ ਮੈਨੂੰ ਤੇਰੀ ਮਾਂ ਮੈਂ ਤਾਂ ਗਿਆ ਦੀ ਥਾਣੇ ਵੀ ਕਿਸੇ ਮਾਂ ਦਾ ਪੁੱਤ ਹੋਰ ਨਾ ਮਰਿਆ ਚਿੱਟੇ ਨਾਲ ਮੈਂ ਤਾਂ ਰਬਤ ਕਰਨ ਗਿਆ ਦੀ ਆ ਚੱਲ ਪੁੱਤ ਕੋਈ ਨਾ ਤੇ ਤਾਂ ਚੰਗੀ ਸੋਚੀ ਆ ਪਰ ਆਪਾਂ ਕੁਛ ਨਹੀਂ ਕਰ ਸਕਦੇ ਜਿਹੜੇ ਨਸ਼ੇ ਵੇਚਦੇ ਨੇ ਕਾਹਨੂੰ ਹਟਦੇ ਨੇ ਇਹਨੂੰ ਕੋਈ ਰੋਕਦੀ ਨਹੀਂ ਹੈਗਾ ਪੁੱਤ ਚੱਲ ਕੋਈ ਨਾ ਪੁੱਤ ਸੋਚ ਨਾ ਕਰ ਤੂੰ ਰੋਟੀ ਖਾ ਲਾ ਹੁਣ ਮਾਂ ਰੋਟੀ ਨਹੀਂ ਮੈਂ ਖਾਣੀ ਮੈਨੂੰ ਭੁੱਖ ਨਹੀਂ ਹੈਗੀ ਹਜੇ ਕੋਈ ਨਾ ਪੁੱਤ ਜਿੰਨੀ ਕੁ ਲੋੜ ਆ ਇੱਕ ਅੱਧੀ ਉੱਨੀ ਕੁ ਖਾ ਲੈ ਚੱਲ ਜਿਵੇਂ ਤੂੰ ਕਹਿੰਦੀ ਆ ਮਾਂ ਮੈਂ ਲੈ ਕੇ ਖਾ ਲੈ ਮੈਂ ਲੈ ਕੇ ਆਉਂਦੀ ਹਾਂ ਪੁੱਤ ਰੋਟੀ ਤੇਰੇ ਵਾਸਤੇ